ਸ਼੍ਰੀ ਅਕਾਲ ਦਰਸ਼ਕੋ, ਆਪਣਾ ਵਿਰਸਾ ਦੇਖਣ ਵਾਲੇ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਗੁੱਡ ਮਾਰਨਿੰਗ ਆਪਣਾ ਵਿਰਸਾ ਵਿੱਚ। ਜਿਵੇਂ ਕਿ ਤੁਹਾਨੂੰ ਪਤਾ, ਅਸੀਂ ਤੁਹਾਡੇ ਨਾਲ ਵੱਖ ਵੱਖ ਅਖਬਾਰਾਂ ਦੀਆਂ ਵੱਖ ਵੱਖ ਖਬਰਾਂ ਸਾਂਝੀਆਂ ਕਰਦੇ ਹਾਂ। ਜੇ ਅਗਰ ਜੇ ਗੱਲ ਕਰੀਏ ਪਹਿਲੀ ਅਖਬਾਰ ਜਿਹੜੀ ਕਿ ਅਜੀਤ ਅਖਬਾਰ ਹੈ, ਕੀ ਖਬਰਾਂ ਤੁਹਾਡੇ ਨਾਲ ਸਾਂਝੀ ਕਰੀਏ। ਹਾਈ ਕੋਰਟ ਵੱਲੋਂ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਦੀ ਨਿਯੁਕਤੀ ਰੱਦ। ਜੀ ਹਾਂ, ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਵੱਡਾ ਝਟਕਾ ਦਿੰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਚੀਫ ਪ੍ਰਿੰਸੀਪਲ ਸੈਕਟਰੀ ਸੀਪੀਐਸ ਸੇਵਾ ਮੁਕਤ ਆਈਏਐਸ ਸੁਰੇਸ਼ ਕੁਮਾਰ ਦੀ ਨਿਯੁਕਤੀ ਨੂੰ ਚੁਣੌਤੀ ਦਿੰਦੇ ਪਟੀਸ਼ਨ ਮਨਜ਼ੂਰ ਕਰਦਿਆਂ ਇਸ ਨਿਯੁਕਤੀ ਨੂੰ ਗਲਤ ਕਰਾਰ ਦਿੱਤਾ ਹੈ। ਮੋਹਾਲੀ ਦੇ ਰਮਨਦੀਪ ਸਿੰਘ ਨੇ ਐਡਵੋਕੇਟ ਹਰਪ੍ਰੀਤ ਸਿੰਘ ਬਰਾੜ ਰਾਹੀਂ ਦਾਖਿਲ ਪਟੀਸ਼ਨ ਵਿੱਚ ਬੈਂਚ ਦਾ ਧਿਆਨ ਦਿਵਾਇਆ ਸੀ ਕਿ ਸੀਪੀਐਸ ਟੂ ਸੀਐਮ ਇੱਕ ਕੇਡਰ ਅਹੁਦਾ ਹੈ ਤੇ ਇਸ ਦੇ ਮੌਜੂਦਾ ਆਈਏਐਸ ਲਗਾਇਆ ਜਾ ਸਕਦਾ ਹੈ। ਦੂਜਾ ਇਹ ਕਿ ਏਐਸ ਕੇਡਰ ਦੇ ਅਹੁਦੇ ਤੇ ਸੂਬਾ ਸਰਕਾਰ ਨੂੰ ਨਿਯੁਕਤੀ ਕਰਨ ਦਾ ਕੋਈ ਅਖਤਿਆਰ ਨਹੀਂ ਹੈ। ਇਥੋਂ ਤੱਕ ਕਿ ਰਾਜ ਵਿਧਾਨ ਸਭਾ ਵੀ ਇਹ ਨਿਯੁਕਤੀ ਨਹੀਂ ਕਰ ਸਕਦੀ। ਕਰਦੇ ਹਾਂ ਜੀ ਅਗਲੀ ਖਬਰ ਵੱਲ। ਜੈ ਹਿੰਦ ਜੈ ਭਾਰਤ ਜੈ ਇਜ਼ਰਾਈਲ, ਨੇਤਨਯਾਹੂ ਨੇ ਦਿੱਤਾ ਨਵਾਂ ਨਾਰਾ। ਜੀ ਹਾਂ, ਆਪਣੇ 6 ਦਿਨ ਦੇ ਦੌਰੇ ਤੇ ਭਾਰਤ ਅਤੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਅਹਿਮਦਾਬਾਦ 'ਚ ਇੱਕ ਰੋਡ ਸ਼ੋਅ 'ਚ ਸ਼ਿਰਕਤ ਕੀਤੀ। ਇਸ ਉਪਰੰਤ ਦੋਵੇਂ ਆਗੂਆਂ ਨੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੇ ਸਾਬਰਮਤੀ ਆਸ਼ਰਮ ਦਾ ਦੌਰਾ ਕੀਤਾ ਅਤੇ ਉੱਥੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਭੇਟ ਕੀਤੀ। ਇੱਥੇ ਨੇਤਨਯਾਹੂ ਨੇ ਆਪਣੀ ਪਤਨੀ ਸਾਰਾ ਨਾਲ ਚਰਖਾ ਕੱਤਿਆ ਅਤੇ ਇੱਥੇ ਹੀ ਨੇਤਨਯਾਹੂ ਨੇ ਆਪਣੀ ਭਾਰਤੀ ਹਮਰੁਤਮਾ ਨਾਲ ਪਤੰਗ ਵੀ ਉਡਾਈਆਂ। ਇਸ ਤੋਂ ਬਾਅਦ ਦੋਵਾਂ ਆਗੂਆਂ ਨੇ ਅਹਿਮਦਾਬਾਦ ਨੇੜੇ ਦਿਓ ਦੁਲੇਰਾ ਪਿੰਡ 'ਚ ਬਣੇ ਉੱਦਮ ਮਤਾ ਅਤੇ ਟੈਕਨੋਲੋਜੀ ਦੇ ਕੌਮਾਂਤਰੀ ਕੇਂਦਰ ਆਈ ਕ੍ਰੀਏਟ ਦਾ ਸਾਂਝੇ ਤੌਰ ਤੇ ਉਦਘਾਟਨ ਕੀਤਾ। ਇਸ ਦੌਰਾਨ ਇਜ਼ਰਾਈਲੀ ਪ੍ਰਧਾਨ ਮੰਤਰੀ ਨੇਤਨਯਾਹੂ ਨੇ ਕਿਹਾ ਕਿ ਲੋਕ ਹੁਣ ਤੱਕ ਦੋ ਆਈ ਦੇ ਬਾਰੇ 'ਚ ਜਾਣਦੇ ਹਨ, ਆਈਪੈਡ ਅਤੇ ਆਈਪੋਡ, ਪਰ ਪੂਰੀ ਦੁਨੀਆ ਨੂੰ ਤੀਸਰੀ ਆਈ ਭਾਵ ਆਈ ਕ੍ਰੀਏਟ ਦੇ ਬਾਰੇ 'ਚ ਵੀ ਜਾਣਨਾ ਹੋਵੇਗਾ। ਉਹਨਾਂ ਕਿਹਾ ਕਿ ਜਦੋਂ ਮੋਦੀ ਗੁਜਰਾਤ ਦੇ ਮੁੱਖ ਮੰਤਰੀ ਸਨ ਤਾਂ ਉਸ ਸਮੇਂ ਇਸ ਯੋਜਨਾ ਬਾਰੇ ਦੱਸਿਆ ਗਿਆ ਸੀ ਅਤੇ ਮੈਨੂੰ ਇੱਥੋਂ ਆਉਣ ਨੂੰ ਕਿਹਾ ਗਿਆ ਸੀ। ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੀ ਦੂਰਅੰਦੇਸ਼ੀ ਸੋਚ ਨਾਲ ਦੇਸ਼ ਨੂੰ ਅੱਗੇ ਵਧਾ ਰਹੇ ਹਨ। ਰੁਕ ਕਰਦੇ ਹਾਂ ਜੀ ਅਗਲੀ ਖਬਰ ਵੱਲ। ਸੀਨੀਅਰ ਅਕਾਲੀ ਆਗੂ ਮਨਜੀਤ ਸਿੰਘ ਕਲਕੱਤਾ ਨਹੀਂ ਰਹੇ। ਜੀ ਹਾਂ, ਸਾਬਕਾ ਕੈਬਨਿਟ ਮੰਤਰੀ ਪੰਜਾਬ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਜਨਰਲ ਸਕੱਤਰ, ਸ਼੍ਰੋਮਣੀ ਕਮੇਟੀ ਦੇ ਸਾਬਕਾ ਸਕੱਤਰ ਤੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਕਲਕੱਤਾ ਹੁਣ ਇਸ ਦੁਨੀਆ 'ਚ ਨਹੀਂ ਰਹੇ। ਉਹ ਲਗਭਗ 80 ਵਰ੍ਹਿਆਂ ਦੇ ਸਨ ਤੇ ਬਿਮਾਰ ਹੋਣ ਕਾਰਨ ਕੁਝ ਹਫ਼ਤਿਆਂ ਤੋਂ ਸਥਾਨਕ ਨਿੱਜੀ ਹਸਪਤਾਲ 'ਚ ਜਿਹੜੇ ਇਲਾਜ ਸਨ। ਅੱਜ ਸਵੇਰੇ 6:30 ਵਜੇ ਆਖਰੀ ਸਾਹ ਲਿਆ ਉਹਨਾਂ ਨੇ। ਬਜ਼ੁਰਗ ਟਕਸਾਲੀ ਸਿੱਖ ਆਗੂ ਕਲ ਆਪਣੇ ਪਿੱਛੇ ਪਤਨੀ ਸ਼੍ਰੀਮਤੀ ਸੰਤੋਖ ਕੌਰ ਤੋਂ ਇਲਾਵਾ ਇੱਕ ਬੇਟਾ ਗੁਰਪ੍ਰੀਤ ਸਿੰਘ ਤੇ ਦੋ ਬੇਟੀਆਂ ਸਰਪ੍ਰੀਤ ਕੌਰ ਤੇ ਹਰਕੀਰਤ ਕੌਰ ਛੱਡ ਗਏ ਹਨ। ਰੁਕ ਕਰਦੇ ਹਾਂ ਜੀ ਅਗਲੀ ਅਖਬਾਰ ਵੱਲ, ਜਿਹੜੀ ਕਿ ਜਗਬਾਣੀ ਅਖਬਾਰ ਹੈ। ਕੀ ਖਬਰ ਹੈ ਤੁਹਾਡੇ ਨਾਲ ਸਾਂਝੀ ਕਰੀਏ। ਡੇਰਾ ਹਿੰਸਾ ਦੌਰਾਨ ਇਕੱਲੇ ਪੰਚਕੂਲਾ ਵਿੱਚ ਨੁਕਸਾਨੀ ਗਏ 10.5 ਕਰੋੜ ਦੀ ਜਾਇਦਾਦ। ਜੀ ਹਾਂ, ਡੇਰਾ ਸਿਰਸਾ ਮੁਖੀ ਰਾਮ ਰਹੀਮ ਨੂੰ ਸਾਧਵੀਆਂ ਨਾਲ ਜਬਰ ਜਨਾਹ ਕਰਨ ਦੇ ਦੋਸ਼ 'ਚ ਪਿਛਲੇ ਸਾਲ ਪੰਚਕੂਲਾ ਦੀ ਸੀਬੀਆਈ ਅਦਾਲਤ ਵੱਲੋਂ ਸਜ਼ਾ ਸੁਣਾਏ ਜਾਣ ਉਪਰੰਤ ਪੰਜਾਬ ਅਤੇ ਹਰਿਆਣਾ ਵਿੱਚ ਹੋਈ ਹਿੰਸਾ ਦੌਰਾਨ ਵੱਡੇ ਪੱਧਰ 'ਤੇ ਹੋਏ ਨੁਕਸਾਨ ਦੀ ਰਿਪੋਰਟ ਹਰਿਆਣਾ ਸਰਕਾਰ ਨੇ ਬੁੱਧਵਾਰ ਨੂੰ ਜਸਟਿਸ ਸੂਰਿਆ ਕਾਂਤ ਦੀ ਅਗਵਾਈ ਵਾਲੀ ਫੁੱਲ ਬੈਂਚ ਅੱਗੇ ਪੇਸ਼ ਕੀਤੇ। ਬੈਂਚ ਨੇ ਜਾਣਕਾਰੀ ਰਿਕਾਰਡ ਦੇ ਲੈਂਦਿਆਂ ਸੁਣਵਾਈ ਅੱਗੇ ਪਾ ਦਿੱਤੀ ਹੈ। ਹਰਿਆਣਾ ਸਰਕਾਰ ਨੇ ਹਿੰਸਾ ਦੌਰਾਨ ਸਮੁੱਚੇ ਹਰਿਆਣਾ ਵਿੱਚ ਹੋਏ ਸਰਕਾਰੀ ਤੇ ਨਿੱਜੀ ਜਾਇਦਾਦਾਂ ਦੇ ਨੁਕਸਾਨ, ਮਾਲੀਏ ਦੇ ਹੋਏ ਨੁਕਸਾਨ ਅਤੇ ਹਿੰਸਾ ਦੇ ਕਾਬੂ ਪਾਉਣ ਲਈ ਨਿਭਾਈਆਂ ਸੇਵਾਵਾਂ ਤੇ ਆਏ ਖਰਚ ਦਾ ਵੇਰਵਾ ਇੱਕ ਰਿਪੋਰਟ 'ਚ ਬੈਂਚ ਸਾਹਮਣੇ ਪੇਸ਼ ਕੀਤਾ। ਇਸ ਦੌਰਾਨ ਸਾਹਮਣੇ ਆਇਆ ਕਿ ਸਭ ਤੋਂ ਵੱਧ 10.48 ਕਰੋੜ ਰੁਪਏ ਦਾ ਨੁਕਸਾਨ ਇਕੱਲੇ ਪੰਚਕੂਲਾ ਵਿੱਚ ਹੋਇਆ। ਰੁਕ ਕਰਦੇ ਹਾਂ ਜੀ ਅਗਲੀ ਖਬਰ ਵੱਲ। ਜਬਰ ਜਨਾਹ ਤੇ ਹੱਤਿਆ ਮਾਮਲੇ 'ਚ ਦੋਸ਼ੀ ਦੀ ਲਾਸ਼ ਬਰਾਮਦ। ਜੀ ਹਾਂ, ਕਸਬਾ ਚਾਂਸਾ ਦੀ ਵਿਦਿਆਰਥੀ ਨੇਹਾ ਨਾਲ ਜਬਰ ਜਨਾਹ ਤੋਂ ਬਾਅਦ ਹੱਤਿਆ ਦੇ ਮਾਮਲੇ 'ਚ ਪਿੰਡ ਤੋਂ ਲਾਪਤਾ ਨੌਜਵਾਨ ਦੀ ਲਾਸ਼ ਮੰਗਲਵਾਰ ਦੇਰ ਰਾਤ ਨੂੰ ਬਟੇੜਾ ਹੈਂਡ ਦੇ ਨਹਿਰ ਤੋਂ ਮਿਲੀ ਹੈ। ਜੀ ਹਾਂ, ਲਾਸ਼ ਬੁਰੀ ਤਰ੍ਹਾਂ ਨੁਕਸਾਨੀ ਹਾਲਤ 'ਚ ਬਰਾਮਦ ਹੋਈ ਹੈ। ਮ੍ਰਿਤਕ ਵਿਦਿਆਰਥੀ ਦੀ ਬਾਂਹ ਤੇ ਅੰਗਰੇਜ਼ੀ 'ਚ ਲਿਖੇ ਨਾਂ ਜੀਕੇ ਤੋਂ ਹੀ ਘਰ ਵਾਲਿਆਂ ਨੇ ਉਸ ਦੀ ਪਛਾਣ ਕੀਤੀ। ਪੁਲਿਸ ਨੇ ਲਾਸ਼ ਕਬਜ਼ੇ 'ਚ ਲੈ ਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਰੁਕ ਕਰਦੇ ਹਾਂ ਜੀ ਅਗਲੀ ਖਬਰ ਵੱਲ। ਪੰਜਾਬ ਸਰਕਾਰ ਨੌਜਵਾਨਾਂ ਲਈ ਜਲਦ ਬਣਾਏਗੀ ਵਿਸ਼ੇਸ਼ ਨੀਤੀ, ਕਿਹਾ ਨਵਜੋਤ ਸਿੰਘ ਸਿੱਧੂ ਨੇ। ਜੀ ਹਾਂ, ਨੌਜਵਾਨ ਵਰਗ ਭਵਿੱਖ ਦਾ ਨਿਰਮਾਤਾ ਹੈ ਜੋ ਕਿਸੇ ਵੀ ਸਥਿਤੀ ਨੂੰ ਬਦਲਣ ਦੀ ਸਮਰੱਥਾ ਰੱਖਦਾ ਹੈ ਅਤੇ ਹੁਣ ਸਮਾਂ ਹੈ ਕਿ ਨੌਜਵਾਨਾਂ ਲਈ ਵਿਸ਼ੇਸ਼
नीति बनाई जाए जो कि मुख्यमंत्री कैप्टन अमरिंदर सिंह की अगुवाई च पंजाब सरकार वालों जल्द बनाई जा रही है। जी हाँ, यह प्रगटावा पंजाब के सैर सपाटा ते सभ्याचारक मामलों बारे मंत्री नवजोत सिंह सिद्धू ने अज बटाला विखे एक समागम दौरान किया। सिद्धू ने कहा कि पिछली अकाली भाजपा गठजोड़ सरकार ने 10 वर्या दौरान नौजवान पीढ़ी नू दिशाहीन करके रख दिता है, पर हुण मौजूदा पंजाब सरकार वालों स्थिति च बदलाव लिया के नौजवान पीढ़ी नू नवी ते चंगी दिशा दिती जावेगी ता जो पंजाब दी नौजवानी अपनी किस्मत बदल सके। उन्हां कहा कि नौजवान पीढ़ी नू काबल बनाउणा पवेगा ता जो सूबा दी दशा ते दिशा बदली जा सके। सो ए सी अज दीआं वख-वख अखबारां दीआं वख-वख खबरां। कल इस वेले फिर रूबरू होवांगे वख-वख अखबारां दीआं वख-वख खबरां लेके। तद तक लई दिओ मैनूं इजाजत, सति श्री अकाल। गुरुआं दी बाणी ते पंज दरियावां दा पाणी, नचदे गाउंदे गभरू ते मुटियारां, लहलहाउंदियां फसलां, विसाखी ते लोहड़ी दे त्यौहार ते तियां ते मुटियारां दा जुड़ना, मक्की दी रोटी ते सरों दा साग, फुलकारी दा चानण ते चरखे दी तंद याद दिलाउंदी है सानू साडे अमीर विरसे दी। ते इसे विरसे नूं तुहाडे लई लै के आ रहा है तुहाडा अपना डिजिटल चैनल अपना विरसा। देखना ना भुलो अपने एंड्रॉयड अते एप्पल फोन ते तुहाडा अपना चैनल अपना विरसा।